पंजाब दे लोक की सोचते ने, पंजाब दे वोटर की सोचते ने, किहड़े मुद्दियां नूं लैके अपने उम्मीदवार चुनणगे, अपना विधायक चुनणगे, गल्लबात करन लई अज असीं मोहाली दे विच पहुंचे हां। आपां तां मतलब झाड़ू दे हक च झाड़ू फिरना चाहिए। कांग्रेस का भी ज़्यादा जोर है जी, झाड़ू वाले का भी है जी। इस बार असीं तां जी आम आदमी पार्टी नूं वोट पावांगे। कारण की है वीरे? ਇਲਜ਼ਾਮ ਤਾਂ ਭਗਵੰਤ ਮਾਨ ਤੇ ਬੜੇ ਵੱਡੇ ਲੱਗਦੇ ਨੇ, ਕਹਿੰਦੇ ਜਿਹੜਾ ਬੰਦਾ ਦਾਰੂ ਪੀਂਦਾ ਪੰਜਾਬ ਦਾ ਕੀ ਸਮਾਰਤ ਹੁੰਦਾ। ਭਾਜੀ ਦਾਰੂ ਤੇ ਅੱਜ ਹਰ ਇੱਕ ਬੰਦਾ ਪੀਂਦਾ, ਡਾਕਟਰ ਵੀ ਪੀਂਦੇ ਨੇ, ਬਿਜ਼ਨਸਮੈਨ ਵੀ ਪੀਂਦੇ ਨੇ, ਉਹ ਦਾਰੂ ਇਹ ਤਾਂ ਕੋਈ ਮੁੱਦਾ ਹੀ ਨਹੀਂ ਹੈਗਾ। ਹੁਣ ਤੁਸੀਂ ਦੇਖਦੇ ਆ ਜ਼ਿਆਦਾ ਇਹਨਾਂ ਨੇ ਪੋਸਟਰ 'ਚ ਪਾਉਣੇ ਹੁੰਦੇ, ਹੱਥ ਇੱਦਾਂ ਜੋੜੇ ਉਹਨੇ, ਹੱਥ ਇੱਦਾਂ ਜੋੜਦੇ ਨੇ ਵੀ ਜਿਵੇਂ ਧਾਰਮਿਕ ਜਗ੍ਹਾ 'ਤੇ ਚੱਲੇ ਕਿਸੇ ਦੇ ਜੀ। ਪਰ ਹਕੀਕਤ ਦੇ ਵਿੱਚ ਕਿਆ ਹੁੰਦਾ, ਬਸ ਪੰਜ ਚਾਰ ਦਿਨ ਇਹਨਾਂ ਨੇ ਵੋਟਾਂ ਕਰਕੇ ਬਸ ਸਾਰਿਆਂ ਦੇ ਅੱਗੇ ਹੱਥ ਜੋੜਦੇ ਫਿਰਨਾ, ਮੁੜ ਕੇ ਵੀ ਸਾਡੇ ਹੱਥ ਜੋੜਾਉਣੇ। ਹੁਣ ਲੋਕ ਕਹੀ ਜਾਂਦੇ ਨੇ ਵੀ ਪਹਿਲਾਂ ਇਹ ਵੀ ਚੋਰ ਨੇ, ਇਹ ਵੀ ਚੋਰ ਨੇ, ਅਸੀਂ ਹੁਣ ਨਵਾਂ ਚੋਰ ਦੇਖ ਲਈਏ, ਜਦ ਚੋਰ ਤਾਂ ਸਾਰੇ ਹੀ ਨੇ। ਵਿਧਾਇਕ ਤਾਂ ਸ਼ਾਇਦ ਆਪ ਵਾਲਾ ਬਣ ਸਕਦਾ, ਕੁਲਵੰਤ ਸਿੰਘ, ਹਾਂਜੀ, ਪਰ ਸਵਾਰਨਾ ਕਿਸੇ ਨੇ ਕੁਛ ਨਹੀਂ ਹੈ ਜੀ। ਇਹ ਸਾਡੇ ਬਜ਼ੁਰਗ ਸੀ ਜਿਹੜੇ, ਇਹਨਾਂ ਦੇ ਮਗਰ ਫਿਰੀ ਜਾਂਦੇ ਤੇ, ਪੰਥ ਵਾਲਿਆਂ ਦੇ, ਕਦੇ ਕਿਸੇ ਦੇ, ਅਸੀਂ ਕਿਸੇ ਦੇ ਮਗਰ ਨਹੀਂ। ਆਪਣੇ ਮੋਹਾਲੀ ਦਾ ਜਿਹੜਾ ਹੈਲਥ ਮਿਨਿਸਟਰ ਹੈ, ਬਿਲਕੁਲ, ਤਾਂ ਹੀ ਇਹ ਸਵਾਲ ਆ ਕੇ ਆਪਣਾ ਇਲਾਜ ਜਿਹੜਾ ਉਹ ਜਾ ਕੇ ਫੋਟੋ 'ਚ ਕਰਾਉਂਦਾ। ਆਪ ਦਾ ਹੀ ਜ਼ੋਰ ਹੈ ਜੀ ਸਾਰੇ ਪਾਸੇ, ਲੋਕਾਂ ਨੇ ਇਹ ਮੂਡ ਬਣਾ ਲਿਆ ਵੀ ਐਤਕੀ ਚੇਂਜ ਚਾਹੁੰਦੇ ਆ ਸਾਰੇ। ਮੋਹਾਲੀ ਵਿਧਾਨ ਸਭਾ ਹਲਕਾ ਆਪ ਨੇ ਹੀ ਆਉਣਾ ਜੀ, ਆਪ ਨੇ ਆਉਣਾ। ਕਾਰਨ ਕੀ ਹੈ ਜੀ? ਸਤਿ ਸ਼੍ਰੀ ਅਕਾਲ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸੰਸਾਰਦੀਪ। ਪੰਜਾਬ ਦਾ ਸਿਆਸੀ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਭਖ ਚੁੱਕਿਆ। ਅੱਜ ਤੋਂ ਠੀਕ 14 ਦਿਨ ਬਾਅਦ ਪੰਜਾਬ ਦੇ ਭਵਿੱਖ ਦੇ ਫੈਸਲੇ ਦੇ ਲਈ, ਅਗਲੇ 5 ਸਾਲਾਂ ਦੇ ਫੈਸਲੇ ਦੇ ਲਈ ਵੋਟਾਂ ਪੈ ਜਾਣੀਆਂ ਨੇ, ਜਿਸ ਦਾ ਨਤੀਜਾ 10 ਮਾਰਚ ਨੂੰ ਆ ਜਾਣਾ। ਪਤਾ ਲੱਗ ਜਾਣਾ ਕਿ ਪੰਜਾਬ ਦੀ ਸੱਤਾ ਦੇ ਉੱਤੇ ਅਗਲੇ 5 ਸਾਲ ਦੇ ਲਈ ਕਿਹੜੀ ਪਾਰਟੀ ਬੈਠੂਗੀ, ਕਿਹੜੀ ਧਿਰ ਰਾਜ ਕਰੂਗੀ, ਪੰਜਾਬ ਦੇ ਲੋਕ ਕੀ ਸੋਚਦੇ ਨੇ, ਪੰਜਾਬ ਦੇ ਵੋਟਰ ਕੀ ਸੋਚਦੇ ਨੇ, ਕਿਹੜੇ ਮੁੱਦਿਆਂ ਨੂੰ ਲੈ ਕੇ ਆਪਣੇ ਉਮੀਦਵਾਰ ਚੁਣਨਗੇ, ਆਪਣਾ ਵਿਧਾਇਕ ਚੁਣਨਗੇ, ਗੱਲਬਾਤ ਕਰਨ ਲਈ ਅੱਜ ਅਸੀਂ ਮੋਹਾਲੀ ਦੇ ਵਿੱਚ ਪਹੁੰਚੇ ਹਾਂ ਕਿ ਆਖਰ ਮੋਹਾਲੀ ਤੋਂ ਕਿਹੜਾ ਉਮੀਦਵਾਰ ਜਿੱਤ ਕੇ ਇੱਕ ਵਿਧਾਇਕ ਦੇ ਰੂਪ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਪਹੁੰਚੂਗਾ। ਲੋਕ ਫੈਸਲਾ ਕਰਨਗੇ, ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਸੀਂ ਆਪਣੀ ਸਫ਼ਰ ਜਿਹੜੀ ਆ ਸ਼ੁਰੂਆਤ ਕਰਦੇ ਹਾਂ ਗੱਲਬਾਤ। ਇੱਕ ਨੌਜਵਾਨ ਸਾਥੀ ਸਾਨੂੰ ਨੇ ਦੇਖਦੇ, ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਵੀਰ ਜੀ? HS ਹੀਰਾ। ਹੀਰਾ ਭਾਈ, ਵਿਧਾਨ ਸਭਾ ਦੀਆਂ ਵੋਟਾਂ ਨੇ ਜੀ, ਨੌਜਵਾਨ ਹੋ, ਕਿਹੜੇ ਮੁੱਦੇ ਰੱਖ ਕੇ ਪਹਿਲਾਂ ਵੋਟ ਪਾਉਂਗੇ ਕਿ ਨੌਜਵਾਨਾਂ ਦੇ ਇਹ ਮੁੱਦੇ ਨੇ ਹੱਲ ਹੋਣੇ ਚਾਹੀਦੇ ਨੇ? ਹਾਂਜੀ, ਮੇਨ ਤਾਂ ਵੀਰ ਜੀ ਬੇਰੁਜ਼ਗਾਰੀ ਜਿਹੜੀ ਹੈਗੀ ਹੈ ਇਹ ਦੂਰ ਹੋਣੀ ਚਾਹੀਦੀ ਹੈ, ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਇਹ ਠੀਕ ਹੋਣਾ ਚਾਹੀਦਾ। ਹਾਂਜੀ ਹਾਂਜੀ, ਅਤੇ ਹੁਣ ਦੇ ਹਾਲਾਤ ਕਿਵੇਂ ਨੇ ਜੇਕਰ ਗੱਲ ਕਰੀਏ, ਹੈਲਥ ਸਿਸਟਮ ਜਾਂ ਬੇਰੁਜ਼ਗਾਰੀ ਜਾਂ ਕਿਵੇਂ ਨੇ? ਹੁਣ ਤਾਂ ਬਸ ਇੱਦਾਂ ਹੀ ਹੈ ਜੀ, ਚੱਲੀ ਜਾ ਰਿਹਾ ਬਸ, ਟਾਈਮ ਪਾਸ ਇਹ ਹੈ ਨਹੀਂ ਕੋਈ ਮਤਲਬ। ਅਤੇ ਕਿਹੜੀ ਪਾਰਟੀ ਹੱਲ ਕਰ ਸਕਦੀ ਹੈ ਬਾਈ ਤੁਹਾਡੇ ਜਿਹੜੇ ਤੁਸੀਂ ਨੇ ਮੁੱਦੇ ਗਣਾਏ? ਇਹ ਤਾਂ ਮਤਲਬ ਨਵੀਂ ਪਾਰਟੀ ਨੂੰ ਜਿਹੜਾ ਹੈਗਾ ਮੌਕਾ ਦੇਣਾ ਚਾਹੀਦਾ ਜੀ, ਬਾਕੀ ਪਾਰਟੀ ਦੇਖ ਲਿਆ ਜੀ। ਨਵੀਂ ਪਾਰਟੀਆਂ ਦੇ ਰੂਪ ਦੇ ਵਿੱਚ ਵੀ, ਕਿਉਂਕਿ ਕਿਸਾਨਾਂ ਨੇ ਵੀ ਆਪਣੀ ਪਾਰਟੀ ਬਣਾਈ ਆ, ਜਾਂ ਆਮ ਆਦਮੀ ਪਾਰਟੀ ਹੈਗੀ, ਭਾਰਤੀ ਜਨਤਾ ਪਾਰਟੀ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗੱਠਜੋੜ ਕਰਕੇ ਜਿਹੜਾ ਇਲੈਕਸ਼ਨ ਲੜ ਰਹੀ ਹੈ, ਕਿਹੜੀ ਪਾਰਟੀ? ਆਪਾਂ ਤਾਂ ਮਤਲਬ ਝਾੜੂ ਦੇ ਹੱਕ 'ਚ ਹੀ ਝਾੜੂ ਫਿਰਨਾ ਚਾਹੀਦਾ, ਉਮੀਦ ਹੈਗੀ। ਹਾਂਜੀ ਹਾਂਜੀ ਬਿਲਕੁਲ, ਬਹੁਤ ਸ਼ੁਕਰੀਆ ਵੀਰੇ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਆ? ਮੇਰਾ ਨਾਮ ਰਾਜੂ ਹੈ ਜੀ। ਪੰਜਾਬ ਦੇ ਵੋਟਰ ਨੂੰ ਰਾਜੂ ਬਾਈ? ਹਾਂਜੀ, ਮੇਰੇ ਇੱਥੇ ਦੇ ਹੀ ਹੈ ਸਾਰਾ ਕੁਛ। ਅਤੇ ਬਾਈ, ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਨੇ, ਫਿਰ ਇਸ ਵਾਰ ਕਿਹੜੀ ਪਾਰਟੀ ਦਾ ਪਲੜਾ ਭਾਰੀ ਲੱਗ ਰਿਹਾ? ਪਲੜਾ ਤਾਂ ਜੀ ਦੇਖੋ ਜੀ, ਇਹ ਹੈ ਜੀ ਮਹਾਰਾਜ, ਸਾਰੇ ਪਾਸੇ ਲੱਗ ਰਿਹਾ, ਜੈਸੇ ਕਾਂਗਰਸ ਹੈ ਜੀ, ਕਾਂਗਰਸ ਕਾ ਵੀ ਜ਼ਿਆਦਾ ਜ਼ੋਰ ਹੈ ਜੀ, ਝਾੜੂ ਵਾਲਾਂ ਕਾ ਵੀ ਹੈ ਜੀ, BJP ਵਾਲੋਂ ਕਾ ਹੈ, ਮਗਰ ਇਹ ਤੋਂ ਜਦ ਪਤਾ ਚੱਲੇਗਾ ਵੀ ਤੋ ਗੁਪਚੁੱਪ ਹੈ ਜੀ। ਦੇਖੋ ਜੀ ਜਦੋਂ ਖੁੱਲਦਾ ਹੈ ਜੀ ਮੌਕਾ, ਜਦ ਪਬਲਿਕ ਜਿਹਨੂੰ ਚਾਹੁੰਦੀ ਹੈ ਵੀ, ਉਦੋਂ ਬਾਅਦ ਵੀ ਪਤਾ ਲੱਗਦਾ ਸਰ ਵੀ ਕੌਣ ਮਤਲਬ ਕੌਣ। ਹਾਂਜੀ, ਮੌਕਾ ਸਰ ਕਹਿੰਦਾ ਇਹ ਤਾਂ ਕਹਿ ਨਹੀਂ ਸਕਦਾ ਜੀ ਮੈਂ ਇਹ ਚੀਜ਼ ਦਾ ਜੀ, ਕਿਉਂਕਿ ਇਨ ਚੀਜ਼ ਕੇ ਬਾਰੇ ਮੈਂ ਮੇਰੇ ਕੋਲ ਇੰਨਾ ਨੌਲੇਜ ਨਹੀਂ ਹੈ ਸਰ ਜੀ। ਬਹੁਤ ਬਹੁਤ ਸ਼ੁਕਰੀਆ ਵੀਰੇ, ਬਹੁਤ ਧੰਨਵਾਦ। ਸੋ ਅੱਗੇ ਗੱਲਬਾਤ ਹੋਰ, ਇੱਕ ਨੌਜਵਾਨ ਸਾਥੀ ਸਾਨੂੰ ਦੇਖਦੇ ਨੇ ਕਿ ਆਖਰ ਕਿਹੜੀ ਪਾਰਟੀ ਆ ਨੌਜਵਾਨਾਂ ਦੇ ਮੁੱਦੇ ਜਿਹੜੇ ਨੇ ਹੱਲ ਕਰ ਸਕਦੀ ਆ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਵਿਧਾਨ ਸਭਾ ਦੀਆਂ ਵੋਟਾਂ ਨੇ, ਫਿਰ ਐਕਤੀ ਕਿਹੜਾ ਵਿਧਾਇਕ ਜਾ ਰਿਹਾ, ਕਿਹੜਾ ਉਮੀਦਵਾਰ ਜਾ ਰਿਹਾ ਮੋਹਾਲੀ ਤੋਂ ਵਿਧਾਇਕ ਬਣ ਕੇ? ਦੇਖੋ, ਉਮੀਦਵਾਰ ਦਾ ਤਾਂ ਆਪਾਂ ਇੱਦਾਂ ਕਹਿ ਸਕਦੇ ਹਾਂ ਵੀ ਉਮੀਦਵਾਰ ਜਿਹੜਾ ਆਪਣੇ ਹੱਕ 'ਚ ਖੜਿਆ ਆ ਕੇ ਆਪਣੇ ਨਾਲ ਖੜਿਆ, ਬੰਦੇ ਨੂੰ ਦੇਖੋ ਮਤਲਬ ਪਾਰਟੀਆਂ ਨੂੰ ਨਾ ਦੇਖੋ ਅਸੀਂ ਕਿਹੜੀ ਪਾਰਟੀ ਹੈ, ਬੰਦਾ ਤੁਹਾਡੇ ਨਾਲ ਦੁੱਖ ਸੁੱਖ 'ਚ ਕੌਣ ਖੜ ਰਿਹਾ, 5 ਸਾਲ ਕੌਣ ਖੜਿਆ, ਉਹਨੂੰ ਦੇਖੋ। ਅਸੀਂ ਤਾਂ ਇਹੀ ਸਭ ਨੂੰ ਅਪੀਲ ਕਰੂੰਗੇ ਵੀ ਤੁਸੀਂ ਪਾਰਟੀਆਂ ਨਾਲ ਦੇਖੋ, ਜਾਂ ਕਿਸੇ ਦੇ ਪਿੱਛੇ ਲਾ ਕੇ ਨਾ ਦੇਖੋ ਵੀ ਫਲਾਣਾ ਫਲਾਣੀ ਨੂੰ ਵੋਟ ਪਾ ਰਿਹਾ, ਜਾਂ ਸਾਡੇ ਘਰਦਿਆਂ ਨੇ ਕਹਿ ਤਾ ਕਿਸੇ ਨੇ ਨਾ। ਬਿਲਕੁਲ,
ਤੁਸੀਂ ਐਂ ਦੇਖੋ ਵੀ ਤੁਹਾਡੇ ਕੰਮ ਕੌਣ ਆਇਆ, ਆਪਣੀ ਸਮਝ ਦੇ ਨਾਲ ਵੋਟ ਪਾਓ, ਕਿਸੇ ਨੂੰ ਪਾਉਣੀ ਉਹ ਪਾਓ, ਆਪਣਾ ਹੱਕ ਹੈ, ਦੇਖੋ ਆਪਣਾ ਰਾਈਟ ਹੈ ਉਹ। ਕਿਹੜਾ ਖੜਦਾ ਹੈ ਮੋਹਾਲੀ ਦੇ ਵਿੱਚ, ਕਿਹੜਾ ਖੜਦਾ ਲੋਕਾਂ ਦੇ ਹੱਕ ਦੇ ਵਿੱਚ, ਤੁਸੀਂ ਇਹ ਗੱਲ ਕੀਤੀ? ਮੋਹਾਲੀ ਦੇ ਹੱਕ 'ਚ ਸਿੱਧੂ ਖੜੇ ਆ ਪਹਿਲਾਂ ਤਾਂ ਬਲਵੀਰ ਸਿੱਧੂ, ਪਰ ਜਦੋਂ ਤੱਕ ਮੇਅਰ ਰਹੇ ਹੈ ਕੁਲਵੰਤ ਜੀ, ਉਦੋਂ ਉਹਨਾਂ ਨੇ ਵੀ ਕਸਰ ਕੋਈ ਨਹੀਂ ਛੱਡੀ ਵੈਸੇ, ਜੇ ਅੱਜ ਦਾ ਟਾਈਮ ਆਪਾਂ ਦੇਖਿਆ ਜਾਵੇ ਵੀ ਉਹਨਾਂ 'ਚ ਖੜੇ ਆ ਕੇ ਮੋਹਾਲੀ 'ਚ ਪੂਰਾ। ਸਿੱਧੂ ਆਪਣੇ MLA ਦੇ ਤੌਰ 'ਤੇ ਖੜੇ ਆਏ, ਉਹ ਆਪਣੇ ਤੌਰ 'ਤੇ ਖੜੇ ਨੇ, ਉਹ ਆਪਣੇ ਹਾਂ ਖੜੇ ਆ, ਦੋਨੋਂ ਕੋਈ ਸ਼ੱਕ ਨਹੀਂ ਹੈਗੀ ਇਹਦੇ 'ਚ ਵੀ ਕੰਮ ਕਰਵਾਏ ਆ ਦੋਨੋਂ ਨੇ, ਮੇਅਰ ਹੁੰਦੇ ਉਹਨਾਂ ਨੇ ਕੁਲਵੰਤ ਜੀ ਨੇ ਕੰਮ ਪੂਰੇ ਕਰਵਾਏ ਆ ਮੋਹਾਲੀ 'ਚ ਜੀ, ਪਰ MLA ਹੁੰਦੇ ਆ ਸਿੱਧੂ ਸਾਹਿਬ ਨੇ ਕੰਮ ਕਰਵਾਏ ਆ, ਪਰ ਸਿੱਧੂ ਸਾਹਿਬ ਦੀਆਂ ਆਪਾਂ ਕਹਿ ਲੈਂਦੇ ਵੀ ਚਲੋ ਕੰਮ ਕਰਾਉਂਦੇ, ਕਮੀਆਂ ਹੁੰਦੀਆਂ ਵਿੱਚ ਸਿੱਧੂ ਸਾਹਿਬ ਦੀਆਂ, ਕੋਈ ਮਾੜੀਆਂ ਮੋਟੀਆਂ ਕਮੀਆਂ ਹੈ ਤੀਆਂ ਆਪਾਂ, ਜਿਵੇਂ ਕਿ ਕਮੀਆਂ, ਜਿਵੇਂ ਕਿ ਮੰਤਰੀ ਬਣੇ, ਦੇਖੋ ਜਦੋਂ ਮੰਤਰੀ ਬਣ ਜਾਂਦੇ ਸਰਕਾਰ ਦੀ ਥੋੜ੍ਹਾ ਜਿਹਾ ਧੱਕਾ ਚਲਾਉਂਦੇ ਆ, ਬਸ ਇਹ ਚੀਜ਼ ਦਾ ਹੋ ਜਾਂਦਾ ਹੈ, ਜਦੋਂ ਫਿਰ ਧੱਕਾ ਚਲਾਇਆ ਥੋੜ੍ਹਾ ਜਿਹਾ, ਮਤਲਬ ਮੰਤਰੀ ਬਣ ਕੇ ਜਦੋਂ ਸਿਹਤ ਮੰਤਰੀ ਬਣ ਗਏ ਫਿਰ ਥੋੜ੍ਹੇ ਜਿਹੇ ਕੱਪੜੇ ਕਰੇ ਇੱਕ ਦੋ, ਉਹ 'ਚ ਥੋੜ੍ਹਾ ਜਿਹਾ ਬੰਦਾ ਬਦਨਾਮ ਹੋ ਜਾਂਦਾ ਹੈ। ਅੱਛਾ ਹਾਂ, ਕੱਪੜੇ ਬਾਈ, ਕੱਪੜਿਆਂ ਦੀ ਬੜੀ ਵੱਡੀ ਗੱਲ ਕਹੀ ਹੈ ਤੁਸੀਂ ਨੇ ਕਿ ਕੱਪੜੇ ਕਰੇ ਨੇ, ਕਿਸ ਤਰ੍ਹਾਂ ਦੇ, ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਜਾਈਏ, ਕਿਸ ਤਰ੍ਹਾਂ ਦੇ ਕੱਪੜੇ ਤੁਸੀਂ ਗੱਲ ਕਰ ਰਹੇ ਹੋ? ਕੱਪੜੇ ਬੰਦਾ ਉਸੇ ਤਰ੍ਹਾਂ ਕਰਦਾ, ਦੇਖੋ ਹੁਣ ਉਹ ਸਿਹਤ ਮੰਤਰੀ ਬਣੇ ਆ, ਠੀਕ ਹੈ ਨਾ, ਸਿਹਤ ਮੰਤਰੀ ਬਣੇ, ਬਸ ਉਹਦੇ ਰਿਲੇਟਿਵ ਜਿਵੇਂ ਦਵਾਈਆਂ ਤੋਂ ਲਾ ਲਓ, ਹੋਸਪਿਟਲਾਂ ਤੋਂ ਲੈ ਕੇ ਲਾ ਲਓ, ਉਹ ਬਾਏ ਥੱਲੇ ਤੋਂ ਸਟਾਰਟ ਹੋ ਜਾਂਦਾ ਉੱਪਰ ਤੱਕ। ਪਿੱਛੇ ਜੇ ਖਬਰ ਵੀ ਆਈ ਸੀਗੀ ਸ਼ਾਇਦ ਵੀ ਰੇਡ ਮਾਰਦੇ ਸੀਗੇ, ਕੋਈ ਦਵਾਈਆਂ ਦਾ ਪਾਉਂਦੇ ਸੀਗੇ, ਇੱਦਾਂ ਦੀ ਖਬਰ ਸੀਗੀ, ਤੁਹਾਨੂੰ ਜਾਣਕਾਰੀ ਹੋਣੀ ਵੈਸੇ ਜੀ ਜੀ ਜੀ। ਉਹ ਇੱਦਾਂ ਦੇ ਉਹ ਨਜਾਇਜ਼ ਕਈ ਕੰਮ, ਮਤਲਬ ਬੰਦੇ ਛੁੱਟ ਕੇ ਆਏ ਹੁਣ 2 ਸਾਲ ਬਸ ਹਜੇ ਤੋਂ ਪੂਰੀ ਕਰਕੇ, ਇੱਦਾਂ ਦੇ ਕੁਛ ਕੰਮ ਨਜਾਇਜ਼ ਹੋਏ, ਕਿਸੇ ਨਾਲ ਧੱਕਾ ਹੋਇਆ ਮਤਲਬ। ਹਾਂ ਜੀ ਹਾਂ, ਇਹ ਚੀਜ਼ ਬਹੁਤ ਸ਼ੁਕਰੀਆ ਵੀਰੇ, ਬਹੁਤ ਧੰਨਵਾਦ। ਸੋ ਦੋਸਤੋ, ਹੋਰ ਆਪਣਾ ਸਫ਼ਰ ਅੱਗੇ ਵਧਾਉਂਦੇ ਹਾਂ, ਇੱਕ ਬਜ਼ੁਰਗ ਸਾਨੂੰ ਦੇਖਦੇ ਨੇ। ਸਤਿ ਸ਼੍ਰੀ ਅਕਾਲ ਬਾਪੂ ਜੀ, ਉਹ ਸਿਹਤਾਂ ਕਿਵੇਂ ਨੇ ਜੀ? ਮੈਂ ਚੰਡੀਗੜ੍ਹ ਤੋਂ। ਚੰਡੀਗੜ੍ਹ ਤੋਂ ਤੁਸੀਂ? ਪੰਜਾਬ 'ਚੋਂ। ਅੱਛਾ, ਪੰਜਾਬ ਤੋਂ ਨਹੀਂ, ਚਲੋ ਕੋਈ ਗੱਲ ਨਹੀਂ ਜੀ, ਬਹੁਤ ਸ਼ੁਕਰੀਆ। ਸੋ ਚੰਡੀਗੜ੍ਹ ਦੇ ਵੋਟਰ ਨੇ, ਚੰਡੀਗੜ੍ਹ ਯੂਨੀਅਨ ਟੈਰੀਟਰੀ ਹੈਗੀ, ਆਪਾਂ ਸਭ ਨੂੰ ਪਤਾ। ਸਫ਼ਰ ਆਪਣਾ ਅੱਗੇ ਵਧਾਉਂਦੇ ਹਾਂ, ਗੱਲਬਾਤ ਹੋਰ ਪੰਜਾਬ ਦੇ ਮੁੱਦਿਆਂ 'ਤੇ ਕਰਦੇ ਹਾਂ ਕਿ ਆਖਰ ਪੰਜਾਬ ਦੇ ਮੁੱਦੇ ਕੀ ਨੇ, ਮੋਹਾਲੀ ਦੇ ਮੁੱਦੇ ਕੀ ਨੇ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਇੱਧਰ ਨੂੰ ਆ ਜੀ ਆਪਾਂ ਵੀਰ ਜੀ। ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਨੇ ਇਸ ਵਾਰ 2022, ਅਗਲੇ 5 ਸਾਲਾਂ ਦੇ ਲਈ ਭਵਿੱਖ ਦਾ ਫੈਸਲਾ ਕਰਨਾ। ਮੋਹਾਲੀ ਦੀ ਗੱਲ ਕਰੀਏ, ਕਿਹੜਾ ਉਮੀਦਵਾਰ ਜਿਹੜਾ ਇਸ ਵਾਰ ਵਿਧਾਨ ਸਭਾ ਦੇ ਵਿੱਚ ਜਾ ਰਿਹਾ ਮੋਹਾਲੀ? ਇਸ ਵਾਰ ਅਸੀਂ ਤਾਂ ਜੀ ਆਮ ਆਦਮੀ ਪਾਰਟੀ ਨੂੰ ਵੋਟ ਪਾਵਾਂਗੇ। ਕਾਰਨ ਕੀ ਹੈ ਵੀਰੇ? ਕਾਰਨ ਦਿੱਲੀ ਦੇਖਿਆ ਸੀ, ਉਹਨਾਂ ਨੇ ਵਿਕਾਸ ਵੀ ਕੀਤਾ ਅਤੇ 70 ਸਾਲ ਇਹਨਾਂ ਨੂੰ, ਦੋਵਾਂ ਨੂੰ ਵੇਖ ਲਿਆ, ਅਕਾਲੀ ਕਾਂਗਰਸੀਆਂ ਨੂੰ, ਕੋਈ ਵਿਕਾਸ ਨਹੀਂ ਹੋਇਆ। ਵੋਟਾਂ ਜਦੋਂ ਕੋਲ ਆਉਂਦੀਆਂ ਨੇ ਬਸ ਲਾ ਰਹੇ ਨੇ ਇਹਨਾਂ ਕੋਲ। ਤੁਸੀਂ ਕਹਿ ਰਹੇ ਹੋ ਬਾਈ ਭਗਵੰਤ ਮਾਨ ਨੂੰ ਅਸੀਂ ਮੌਕਾ ਦੇਣਾ ਸੀ ਬਣਾਉਣਾ ਉਹਨੂੰ। ਇਲਜ਼ਾਮ ਤਾਂ ਭਗਵੰਤ ਮਾਨ ਤੇ ਬੜੇ ਵੱਡੇ ਲੱਗਦੇ ਨੇ, ਕਹਿੰਦੇ ਜਿਹੜਾ ਬੰਦਾ ਦਾਰੂ ਪੀਂਦਾ ਪੰਜਾਬ ਦਾ ਕੀ ਸਮਾਰਥ? ਭਾਜੀ ਦਾਰੂ ਤੇ ਅੱਜ ਹਰ ਇੱਕ ਬੰਦਾ ਪੀਂਦਾ, ਡਾਕਟਰ ਵੀ ਪੀਂਦੇ ਨੇ, ਬਿਜ਼ਨਸਮੈਨ ਵੀ ਪੀਂਦੇ ਨੇ ਉਹ ਦਾਰੂ। ਇਹ ਤਾਂ ਕੋਈ ਮੁੱਦਾ ਹੀ ਨਹੀਂ ਹੈਗਾ, ਕੋਈ ਭ੍ਰਿਸ਼ਟਾਚਾਰ ਜਾਂ ਕੋਈ ਉਹ ਮੁੱਦਾ ਨਹੀਂ ਹੈਗਾ ਇਹਨਾਂ ਕੋਲ, ਤਾਂ ਦਾਰੂ ਪੀਂਦੇ ਉਹਦੇ ਕਹਿ ਦਿੰਦੇ ਨੇ ਦਾਰੂ ਪੀਂਦਾ ਇਹ ਤਾਂ ਕੋਈ ਇਲਜ਼ਾਮ ਹੈ ਹੀ ਨਹੀਂ। ਮਤਲਬ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇਖਣਾ? ਹਾਂ, ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਆ ਜੀ। ਤੇ ਉਹ ਜੇ 24 ਘੰਟੇ 18-18 ਘੰਟੇ ਕੰਮ ਕਰਕੇ ਰਾਤ ਨੂੰ ਸੌਣ ਲੱਗੇ, ਕੋਈ ਵੀ ਬੰਦਾ ਪੀਂਦਾ ਉਹਦੇ ਕੋਈ ਵੱਡਾ ਮੁੱਦਾ ਨਹੀਂ ਹੈਗਾ ਜੀ, ਬਟ ਕੰਮ ਕਰਦਾ ਉਹ। ਬਹੁਤ ਸ਼ੁਕਰੀਆ। ਸੋ ਦਾਰੂ ਐਡਾ ਵੱਡਾ ਮੁੱਦਾ ਨਹੀਂ ਆ, ਬਾਈ ਨੇ ਗੱਲ ਕੀਤੀ ਆ ਜੀ, ਚਲੋ ਕੋਈ ਗੱਲ ਨਹੀਂ। ਸੋ ਅੱਗੇ ਆਪਣਾ ਸਫ਼ਰ ਵਧਾਉਂਦੇ ਹਾਂ ਕਿ ਆਖਰ ਮੋਹਾਲੀ ਦੇ ਵੋਟਰ ਜਿਹੜੇ ਨੇ ਗੱਲ ਕਿਸ ਮੁੱਦਿਆਂ ਨੂੰ ਲੈ ਕੇ ਆਪਣੀ ਵੋਟ ਪਾਉਣਗੇ। ਸਤਿ ਸ਼੍ਰੀ ਅਕਾਲ ਬਾਪੂ ਜੀ, ਇੱਧਰ ਨੂੰ ਆ ਜਾਈਏ ਜੀ ਆਪਾਂ। ਬਾਪੂ ਜੀ, ਵਿਧਾਨ ਸਭਾ ਦੀਆਂ ਵੋਟਾਂ ਨੇ ਜੀ, ਅਤੇ ਫਿਰ ਐਕਤੀ ਮੋਹਾਲੀ ਤੋਂ ਕਿਹੜਾ ਉਮੀਦਵਾਰ ਜਾ ਰਿਹਾ ਵਿਧਾਨ ਸਭਾ? ਚਲੋ ਉਮੀਦਵਾਰ ਦੀ ਤਾਂ ਕੋਈ ਗੱਲ ਨਹੀਂ ਹੈਗੀ, ਜਿਹੜਾ ਇਹਨੇ ਜਿੱਤਣਾ ਉਹ ਤਾਂ ਬਟਨ 'ਤੇ ਪਤਾ ਲੱਗਣਾ ਜੀ। ਬਾਕੀ ਇਹ ਨਾ ਸਰਕਾਰਾਂ ਨੇ ਆਪਣੀਆਂ ਸਹੂਲਤਾਂ ਹੀ ਉਹ ਕਰੀਆਂ, ਆਮ ਜਨਤਾ ਨੂੰ ਨਹੀਂ ਇਹਨਾਂ ਨੇ ਕੁਛ ਵੀ ਕਰਿਆ, ਕੁਛ ਨਹੀਂ ਦਿੱਤਾ। 70 ਸਾਲ ਹੋ ਗਏ ਇਹਨਾਂ ਨੂੰ, ਕੁਛ ਨਹੀਂ ਦਿੱਤਾ ਹੈਗਾ। ਫਿਰ ਐਕਤੀ ਕਿੱਧਰ ਚੁਕਾਏ ਜੀ, ਕਿਹੜੀ ਪਾਰਟੀ ਜਿੱਤ ਸਕਦੀ ਹੈ ਫਿਰ? ਇਹ ਤਾਂ ਹੁਣ ਦੇਖੋ ਸਮੇਂ ਦੇ ਨਾਲ ਹੋਊਗਾ ਜੀ, ਬਈ ਕਿਸ ਹਿਸਾਬ ਕਿਤਾਬ ਨਾਲ ਚੱਲਦਾ। ਮਤਲਬ ਮੁੱਦੇ ਕੀ ਨੇ ਜੀ, ਜੇ ਮੁੱਦਿਆਂ ਦੀ ਗੱਲ ਕਰੀਏ, ਤੁਸੀਂ ਕਹਿ ਰਹੇ ਹੋ ਕਿ ਹੋਇਆ ਕੁਛ ਨਹੀਂ, ਕਰਨਾ ਕੀ ਕੁਛ ਚਾਹੀਦਾ? ਜਿਵੇਂ ਤੁਸੀਂ ਰੇਹੜੀ ਲਾਈ ਆ, ਹੈ ਨਾ, ਵਿੱਦਿਆ ਕਿਸੇ ਕੋਈ ਵੀ ਸਹੂਲਤ ਨਹੀਂ ਇਹਨਾਂ ਨੇ ਦਿੱਤੀ ਹੈਗੀ, ਨਾ ਜ਼ਿਮੀਂਦਾਰਾਂ ਨੂੰ ਵੀ, ਉਹਨਾਂ ਦੀ ਕਣਕ ਰੂਲੀ ਜਾਂਦੀ ਆ, ਜੀਰੀ ਰੂਲੀ ਜਾਂਦੀ ਆ, ਸਾਰਾ ਕੁਛ ਰੂਲੀ ਜਾਂਦਾ, ਇਹਨਾਂ ਨੇ ਕੁਛ ਨਹੀਂ ਦਿੱਤਾ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ। ਸੋ ਸਰਕਾਰਾਂ 'ਤੇ ਵੱਡੇ ਇਲਜ਼ਾਮ ਬਾਈ ਜੀ ਵੱਲੋਂ ਲਗਾਏ ਗਏ ਨੇ ਕਿ ਸਤਿ ਸ਼੍ਰੀ ਅਕਾਲ ਕਰ ਲਓ ਗੱਲ ਉੱਧਰ ਕਰੋ ਕੋਈ ਗੱਲ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਕੀ ਨਾਮ ਆ ਜੀ? ਬਲਵਿੰਦਰ ਸਿੰਘ। ਇੱਧਰ ਨੂੰ ਆ ਜੀ। ਹਾਂਜੀ, ਅਤੇ ਬਾਈ ਮੋਹਾਲੀ ਵਿਧਾਨ ਸਭਾ ਇਸ ਵਾਰ ਫਿਰ ਕਿਹਦੀ ਉਮੀਦ ਲੱਗਦੀ ਆ ਕਿ ਉਮੀਦਵਾਰ ਜਿਹੜਾ ਜਿੱਤ ਕੇ ਵਿਧਾਇਕ ਬਣੂਗਾ ਮੋਹਾਲੀ? ਬਣੀ ਭਾਵੇਂ ਕੋਈ ਵੀ ਜਾਵੇ, ਸਾਨੂੰ ਤਾਂ ਐਂ ਲੱਗਦਾ ਵੀ ਸਾਡੇ ਤਾਂ ਭੱਲੇ ਵਾਸਤੇ ਕੋਈ ਵੀ ਨਹੀਂ, ਆਪਣੇ ਬਸ ਨੋਟ ਕੱਟ
ਹੁਣ ਤੁਸੀਂ ਦੇਖਦੇ ਆ ਜ਼ਿਆਦਾ ਇਹਨਾਂ ਨੇ ਪੋਸਟਰ 'ਚ ਪਾਉਣੇ ਹੁੰਦੇ ਹੱਥ ਇੱਦਾਂ ਜੁੜੇ ਉਹਨੇ ਹੱਥ ਇੱਦਾਂ ਜੋੜ ਦਿੰਦੇ ਵੀ ਜਿਵੇਂ ਧਾਰਮਿਕ ਜਗ੍ਹਾ 'ਤੇ ਚੱਲੇ ਕਿਸੇ ਦੇ ਜੀ ਪਰ ਹਕੀਕਤ ਦੇ ਵਿੱਚ ਕਿਆ ਹੁੰਦਾ ਬਸ ਪੰਜ ਚਾਰ ਦਿਨ ਇਹਨਾਂ ਨੇ ਵੋਟਾਂ ਕਰਕੇ ਬਸ ਸਾਰਿਆਂ ਦੇ ਕੇ ਹੱਥ ਜੋੜਦੇ ਫਿਰਨਾ ਮੁੜ ਕੇ ਵੀ ਸਾਡੇ ਹੱਥ ਜੁੜਾਉਂਦੇ ਦਾਅਵੇ ਤਾਂ ਸਾਰੇ ਲੀਡਰ ਵੱਡੇ ਵੱਡੇ ਕਰਦੇ ਨੇ ਕਿ ਸਾਨੂੰ ਮੌਕਾ ਦੇ ਦਿਓ ਇੱਕ ਵਾਰੀ ਅਸੀਂ ਭਲਾ ਕਰ ਦਾਂਗੇ ਤੁਹਾਡਾ ਤੁਹਾਨੂੰ ਰੁਜ਼ਗਾਰ ਦੇਵਾਂਗੇ ਤੁਹਾਨੂੰ ਨੌਕਰੀਆਂ ਦੇਵਾਂਗੇ ਤੁਹਾਨੂੰ ਬਹੁਤ ਅਸਲ 'ਚ ਉਹ ਪਬਲਿਕ ਸ਼ਾਇਦ ਹੁਣ ਸਮਝ ਜਾਣਾ ਚਾਹੀਦਾ ਵੀ ਇੰਨੇ ਸਾਲ ਹੋ ਗਏ ਲਗਾਤਾਰ ਪੰਜ ਪੰਜ ਸਾਲ ਦੀਆਂ ਉਹ ਦਾਅਵੇ ਕਰ ਕਰਕੇ ਅੱਗੇ ਅੱਗੇ ਕਿਆ ਚੱਲਦਾ ਜਾਂਦਾ ਪਰ ਰਿਜ਼ਲਟ ਹਮੇਸ਼ਾ ਉਹੀ ਹੁੰਦਾ ਹੈ ਕਿ ਪਬਲਿਕ ਦੇ ਭਲੇ ਵਾਸਤੇ ਕੁਛ ਨਹੀਂ ਹੁੰਦਾ ਇਹਨਾਂ ਨੇ ਸਿਰਫ ਆਪਣੇ ਨੋਟ ਛਾਪਣੇ ਹੁੰਦੇ ਨੋਟ ਛਾਪਣ ਤੱਕ ਸੀਮਤ ਆ ਪਬਲਿਕ ਦੇ ਭਲੇ ਵਾਲਾ ਕੋਈ ਵੀ ਨਹੀਂ ਅੱਜ ਤੱਕ ਮੈਨੂੰ ਲੱਗਦਾ ਵੋਟ ਦਾ ਇਸਤੇਮਾਲ ਕਰੋਗੇ ਇਸ ਵਾਰੀ ਮੈਨੂੰ ਲੱਗਦਾ ਮੈਂ ਤਾਂ ਨਹੀਂ ਕਰਦਾ ਕਰਨਾ ਨਹੀਂ ਬਾਈ ਇਹ ਤਾਂ ਆਪਣਾ ਹੱਕ ਆ ਯਾਰ ਇਹ ਤਾਂ ਸੰਵਿਧਾਨਕ ਹੱਕ ਆ ਸਾਨੂੰ ਇਹੀ ਪਤਾ ਵੀ ਹੁਣ ਜਿਹੜਾ ਵੀ ਬੰਦਾ ਆਉਂਦਾ ਉਹ ਇਸੇ ਲਾਲਚ ਦੇ ਵਿੱਚ ਆਉਂਦਾ ਵੀ ਪਹਿਲਾਂ ਮੈਂ ਕੁਛ ਕਈ ਲੱਖ ਆਪਣੀ ਐਡਵਰਟਾਈਜ਼ 'ਤੇ ਲਾਉਣੇ ਆ ਜਦੋਂ ਲੱਗ ਗਏ ਅਤੇ ਉਹ ਤੋਂ ਬਾਅਦ ਫਿਰ ਮੈਂ ਉਹ ਤੋਂ ਕਈ ਕਰੋੜ ਬਣਾਉਣੇ ਆ ਅਤੇ ਇੱਥੇ ਤੱਕ ਸੀਮਤ ਆ ਬਸ ਜੀ ਬਹੁਤ ਸ਼ੁਕਰੀਆ ਵੀਰੇ ਬਹੁਤ ਧੰਨਵਾਦ ਸੋ ਵੱਡੀਆਂ ਗੱਲਾਂ ਨੌਜਵਾਨਾਂ ਵੱਲੋਂ ਕੀਤੀਆਂ ਗਈਆਂ ਨੇ ਕਿ ਚਾਹੇ ਕੋਈ ਵੀ ਸਿਆਸੀ ਪਾਰਟੀ ਦਾ ਲੀਡਰ ਆ ਜਾਵੇ ਸਾਨੂੰ ਕੁਝ ਨਹੀਂ ਮਿਲਦਾ ਹੋਰ ਸਤਿ ਸ਼੍ਰੀ ਅਕਾਲ ਸਰਦਾਰ ਜੀ ਹਾਂਜੀ ਕੀ ਨਾਮ ਆ ਜੀ ਮੇਰਾ ਨਾਮ ਦਿਲਬਾਗ ਸਿੰਘ ਦਿਲਬਾਗ ਜੀ ਵਿਧਾਨ ਸਭਾ ਦੀਆਂ ਵੋਟਾਂ ਨੇ ਮੋਹਾਲੀ ਵਿਧਾਨ ਸਭਾ ਹਲਕੇ ਦੀ ਗੱਲ ਕਰੀਏ ਕਿਹੜਾ ਉਮੀਦਵਾਰ ਇਸ ਵਾਰ ਵਿਧਾਇਕ ਬਣ ਰਿਹਾ ਦੇਖੋ ਜੀ ਵਿਧਾਇਕ ਤਾਂ ਸ਼ਾਇਦ ਆਪ ਵਾਲਾ ਬਣ ਸਕਦਾ ਕੁਲਵੰਤ ਸਿੰਘ ਹਾਂਜੀ ਪਰ ਸਵਾਰਨਾ ਕਿਸੇ ਨੇ ਕੁਛ ਨਹੀਂ ਹੈ ਜੀ ਲੋਕਾਂ ਦਾ ਕੁਛ ਨਹੀਂ ਸਵਾਰਨਾ ਤੁਸੀਂ ਜਿਹੜਾ ਮਰਜ਼ੀ ਵਿਧਾਇਕ ਬਣ ਜਾਵੇ ਕੱਲ੍ਹ ਨੂੰ ਕਹਿੰਦੇ ਵੀ ਆਪ ਆ ਗਈ ਆਪ ਆਉਣ ਵਾਲੇ ਵੀ ਤੁਹਾਡਾ ਭਲਾ ਨਹੀਂ ਕਹਿੰਦਾ ਆਮ ਪਬਲਿਕ ਦਾ ਨਾ ਕੋਈ ਭਲਾ ਹੀ ਨਹੀਂ ਹੈ ਪਹਿਲਾਂ ਤੁਸੀਂ ਸਿੱਧੂ ਸਾਹਿਬ ਨੂੰ ਦੇਖ ਲਿਆ ਹੁਣ ਤੁਸੀਂ ਸਾਡਾ ਪਿੰਡ ਕੁਰਾਲੀ ਕੋਲ ਹੈ ਬਡਾਲੀ ਅੱਛਾ ਜੀ ਜਿੰਨੀ ਕੁ ਘਪਲੇ ਹੋਏ ਹੈ ਜਿੰਨੀ ਕੁ ਦੋ ਨੰਬਰ 'ਚ ਜ਼ਮੀਨਾਂ ਖਰੀਦੀਆਂ ਗਈਆਂ ਧੱਕੇਸ਼ਾਹੀ ਤੁਹਾਡੇ ਮੋਹਾਲੀ 'ਚ ਵੀ ਇੱਥੇ ਕਿਸੇ ਦੇਖ ਲਓ ਕਿੰਨਾ ਕੁਛ ਹੋਇਆ ਜੀ ਇਹ ਸਭ ਕਹਿੰਦੇ ਰਲੇ ਹੁੰਦੇ ਆ ਕੁੱਤੀ ਚੋਰਾਂ ਨਾਲ ਰਲੀ ਹੈ ਚਾਹੇ ਕੁਲਵੰਤ ਸਿੰਘ ਆ ਗਿਆ ਇਹਨੇ ਵੀ ਇਹੀ ਕਰਨਾ ਕੋਈ ਨੋਰਮਲ ਬੰਦਾ ਨਹੀਂ ਹੈ ਸਭ ਅਮੀਰ ਘਰਾਂ ਦੇ ਕਰੋੜਪਤੀ ਹੈ ਅਰਬਪਤੀ ਬੰਦੇ ਆ ਸਾਰੇ ਜਿੰਨੇ ਇੱਥੇ ਨਾ ਇਹ ਕਿਸੇ ਨੇ ਕੁਛ ਨਹੀਂ ਕਰਨਾ ਹਾਂ ਇੱਕ ਮੈਂ ਕਹਿੰਦਾ ਵੀ ਜਿਹੜਾ ਕਿਸਾਨਾਂ ਵਾਲਾ ਆ ਕੋਈ ਜੇ ਲੋਕ ਪਰਖਣ ਇੱਕ ਵਾਰੀ ਇਹਨਾਂ ਨੂੰ ਮੌਕਾ ਜ਼ਰੂਰ ਦੇਣ ਕਿਸਾਨਾਂ ਦੀ ਤੁਸੀਂ ਨੇ ਗੱਲ ਕਰੀ ਲੋਕ ਤਾਂ ਇਹ ਵੀ ਕਹਿੰਦੇ ਨੇ ਕਹਿੰਦੇ ਕਿ ਜੇਕਰ ਕਿਸਾਨ ਹੀ ਰਾਜਨੀਤੀ ਦੇ ਵਿੱਚ ਆ ਗਿਆ ਤਾਂ ਕੱਲ੍ਹ ਨੂੰ ਜੇਕਰ ਕੋਈ ਕਿਸਾਨੀ ਮਸਲਾ ਖੜਾ ਹੁੰਦਾ ਤਾਂ ਫਿਰ ਕਿਸਾਨੀ ਹੱਕਾਂ ਦੀ ਗੱਲ ਕੌਣ ਕਰੂ ਤੁਹਾਡੀ ਗੱਲ ਸਹੀ ਹੈ ਬਿਲਕੁਲ ਮੈਂ ਕਹਿੰਦਾ ਨਹੀਂ ਆਉਣਾ ਚਾਹੀਦਾ ਅਸੀਂ ਦਿੱਲੀ ਬੈਠੇ ਹਾਂ ਸਾਲ ਅਸੀਂ ਵੀ ਜਾਂਦੇ ਰਹੇ ਭਰਾ ਸਾਡੇ ਦੋ ਨਾਲ ਹੈ ਨਾਲ ਦੇ ਪਿੰਡਾਂ ਦੇ ਅਸੀਂ ਉਹ ਤਿੰਨ ਕਾਨੂੰਨ ਰੱਦ ਕਰਵਾ ਲਏ ਬਣਾਇਆ ਤਾਂ ਕੱਖ ਨਹੀਂ ਨਾ ਅਸੀਂ ਆਪਣੇ ਵਾਸਤੇ ਅਸੀਂ ਉੱਥੇ ਹੀ ਖੜੇ ਹਾਂ ਜੇ ਅਸੀਂ ਜਿਹੜੀ ਮੇਰੀ ਸੋਚ ਹੈ ਜੀ ਮੈਂ ਕਿਸਾਨ ਵੀ ਹਾਂ ਮੈਂ ਸਾਬਕਾ ਫੌਜੀ ਵੀ ਹਾਂ ਅੱਛਾ ਫੌਜੀ ਰਿਟਾਇਰ ਹਾਂਜੀ ਮੈਂ NRI ਵੀ ਹਾਂ 18-19 ਸਾਲ ਮੈਂ ਯੂਰਪ 'ਚ ਵੀ ਲਾਏ ਹਾਂ ਅੱਛਾ ਜੀ ਪਰ ਜੋ ਇੱਥੇ ਦੇ ਹਾਲਾਤ ਹੈ ਨਾ ਜੇ ਕਿਸਾਨ ਨੂੰ ਕਹੇ ਕਿਸਾਨ ਤਾਂ ਸਿਰਫ ਜੀ ਧਰਨੇ ਲਾਓ ਕਾਨੂੰਨ ਵਾਪਸ ਹੋ ਗਏ ਸਾਡੇ MSP ਦਾ ਕੀ ਬਣਾ ਜੇ ਅਸੀਂ ਵਿਧਾਨ ਸਭਾ 'ਚ ਲੋਕ ਸਭਾ 'ਚ ਜਾ ਕੇ ਬੈਠੂਗੇ ਅਸੀਂ ਆਮ ਲੋਕਾਂ ਵਾਸਤੇ ਕੁਛ ਕਰ ਸਕਦੇ ਹਾਂ ਬਣਾਵਾਂਗੇ ਕਾਨੂੰਨ ਲੋਕ ਭਲਾਈ ਵਾਸਤੇ ਤੁਸੀਂ ਦੱਸੋ ਵੀ ਕਿਹੜਾ ਵਪਾਰੀ ਵਰਗ ਨੂੰ ਆ ਵਿਚਾਰੇ ਰੇਹੜੀ ਵਾਲੇ ਨੇ ਵਿੱਚੋਂ ਤੁਸੀਂ ਮੀਡੀਆ ਵਾਲਿਆ ਕੇ ਤੁਹਾਨੂੰ ਕਿੰਨਾ ਕੁ ਬੈਨੀਫਿਟ ਹੈ ਸਰਕਾਰ ਕੋਲ ਹੈ ਕੁਛ ਤੁਹਾਨੂੰ ਪੂਰੀ ਜ ਨਹੀਂ ਉਹ ਪ੍ਰਾਈਵੇਟ ਸਰਵਿਸ ਰਹਿ ਗਈ ਹੈ ਸਾਡੇ ਹੁੰਦੇ ਆਰਮੀ 'ਚ ਆ ਆਰਮੀ 'ਚ ਵੀ ਹੁਣ ਸਰਵਿਸ ਹੈ ਜੀ ਹੁਣ ਕਿਹੜੀ ਨੌਕਰੀ ਰਹਿ ਗਈ ਹੈ ਇਹਨਾਂ ਦੀਆਂ ਪੈਨਸ਼ਨਾਂ 50-50 60-60 ਹਜ਼ਾਰ ਵੀ ਹਰ ਵਾਰੀ 5 ਸਾਲ ਬਾਅਦ ਪੈਨਸ਼ਨ ਹੈ ਮੈਂ 19 ਸਾਲ 9 ਮਹੀਨੇ ਸਰਵਿਸ ਕਰੀ ਹੈ ਮੈਂ ਨਾਗਾਲੈਂਡ ਗਲੇਸ਼ੀਅਰ ਗਲੂਸ਼ੀਅਰ ਹਰ ਕੋਈ ਜਗ੍ਹਾ ਨਹੀਂ ਸੱਦੀ ਹਰ ਟਾਈਮ ਗੋਲੀ ਕਰਨਾ ਪੈਨਸ਼ਨ ਇੱਕ ਹੈ ਪੈਨਸ਼ਨ ਵੀ ਕਿੰਨੀ ਹੈ ਮੇਰੀ 26,000 ਰੁਪਇਆ ਪੈਨਸ਼ਨ ਹੈ 20 ਸਾਲ ਨੌਕਰੀ ਕਰਕੇ ਇਹ 5 ਸਾਲ ਕਰਦੇ ਨੇ 50-60 ਹਜ਼ਾਰ ਰੁਪਇਆ ਸਹੂਲਤ ਇੰਨੀ ਹੈ ਸਾਡੇ ਬੱਚੇ ਪਿੱਛੇ ਰੁਲਦੇ ਰਹੇ ਹੈ ਲੋਕਾਂ ਦੀ ਭਲਾਈ ਕਰਦੇ ਹਾਂ ਅਸੀਂ ਤਾਂ ਕਰਕੇ ਭਲਾਈ ਨਹੀਂ ਕੱਖ ਹੈ ਜੀ ਸਿਰੇ ਦੇ ਚੋਰ ਹੈ ਜੀ ਫਰੋਡ ਹੈ ਸਾਰੇ ਹਰ ਇੱਕ ਦਾ ਜਿਹਦਾ ਮਰਜ਼ੀ ਹੁਣ ਅਸੀਂ ਇਹ ਕਿਸਾਨੀ ਸੰਘਰਸ਼ 'ਚ ਆਉਣ ਕਰਕੇ ਸਾਨੂੰ ਪਤਾ ਲੱਗਿਆ ਮੈਂ ਇੱਕ ਉਮੀਦਵਾਰ ਦਾ ਜਿਹੜੇ ਦਾ ਮਰਜ਼ੀ ਹੈ ਕਿਸਾਨੀ ਸੰਘਰਸ਼ ਜਾਣ ਕਰਕੇ ਦੱਸਦਾ ਚਾਹੇ ਕੁਲਵੰਤ ਸਿੰਘ ਵੀ ਕਹਿ ਲਓ ਚਾਹੇ ਸਿੱਧੂ ਕਹਿ ਲਓ ਚਾਹੇ ਹੋਰ ਕਹੇ ਕਿਸਾਨ ਤੋਂ ਇਲਾਵਾ ਮੈਂ ਸਾਰਿਆਂ ਨੂੰ ਸਰਦਾ ਵੀ ਇਹ ਕੋਈ ਲੋਕਾਂ ਦੀ ਭਲਾਈ ਕਰਨ ਵਾਲਾ ਬਹੁਤ ਧੰਨਵਾਦ ਇਹਨਾਂ ਨੇ ਕਰਨੀ ਹੈ ਬਹੁਤ ਧੰਨਵਾਦ ਸੋ ਆਪਣਾ ਸਫ਼ਰ ਅੱਗੇ ਵਧਾਉਂਦੇ ਹਾਂ ਕਿ ਆਖਰ ਕੌਣ ਬਣੇਗਾ ਵਿਧਾਇਕ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਨਾਮ ਆ ਮੇਰਾ ਕਰਮਜੀਤ ਸਿੰਘ ਹੈ ਜੀ ਕਰਮਜੀਤ ਬਾਈ ਕੀ ਲੱਗਦਾ ਫਿਰ ਇੱਕਤੀ ਮੋਹਾਲੀ ਵਿਧਾਨ ਸਭਾ ਦੀ ਹਵਾ ਕਿੱਧਰ ਦੀ ਚੱਲ ਰਹੀ ਹੈ ਬਾਈ ਅਸੀਂ ਤਾਂ ਰੋਪੜ ਜ਼ਿਲ੍ਹੇ ਤੋਂ ਹੈ ਚਮਕੌਰ ਸਾਹਿਬ ਹਲਕਾ ਜੀ ਸਾਡਾ ਚਮਕੌਰ ਸਾਹਿਬ ਹਾਂ ਚਲੋ ਚਮਕੌਰ ਸਾਹਿਬ ਦੀ ਗੱਲ ਕਰ ਲੈਂਦੇ ਹਾਂ ਮੁੱਖ ਮੰਤਰੀ ਚਰਨਜੀਤ ਚੰਨੀ ਉੱਥੇ ਤੋਂ ਵਿਧਾਨ ਸਭਾ ਦੀ ਚੋਣ ਲੜ ਰਹੇ ਨੇ ਭਦੌੜ ਤੋਂ ਵੀ ਉਹ ਲੜ ਰਹੇ ਨੇ ਕੀ ਲੱਗਦਾ ਬਾਈ ਸਾਡਾ ਤਾਂ ਜਿਹੜਾ ਸਾੜਾ ਮਾਨ ਹੈ ਸਾੜਾ ਇਹਨਾਂ 'ਚ ਕਿਸੇ 'ਚ ਨਹੀਂ ਹੈਗਾ ਪੋਲੀਟਿਕਸ ਨਾ ਚੰਨੀ 'ਚ ਨਾ ਹੋਰ ਕਿਸੇ ਪਾਰਟੀ 'ਚ ਕਿਉਂਕਿ ਇਹਨਾਂ ਨੇ ਸਾਨੂੰ ਚੰਨੀ ਤੁਸੀਂ ਲੋਕ 100 ਦਿਨ ਦਾ ਸਾਹ ਮੰਗਦੇ ਅਸੀਂ ਤਾਂ 15 ਸਾਲ ਤੋਂ ਮੰਗਦੇ ਹਾਂ ਸਾਡੇ ਤਾਂ 15 ਸਾਲ MLA ਬਣ ਗਏ ਉਹੀ ਨਾਲੀਆਂ ਗਲੀਆਂ
ਸਾਡੇ ਬੱਚਿਆਂ ਦਾ ਕੀ ਹਾਲ ਹੈ? ਡੇਢ ਸਾਲ ਹੋ ਗਿਆ ਯਾਰ ਸਕੂਲ ਬੈਠੇ, ਬਿਲਕੁਲ ਫੀਸਾਂ ਭਰ ਰਹੇ ਹਾਂ ਅਸੀਂ, ਪ੍ਰਾਈਵੇਟ ਬੈਠੇ ਘਰਾਂ, ਕਦੇ ਇੱਕ ਬੱਚੇ ਦੀ ਕਲਾਸ ਹੈ, ਕਦੇ ਦੂਜੇ ਦੀ, ਨਿਗਾਹ 'ਤੇ ਅਸਰ ਹੈ, ਬੁਰਾ ਹਾਲ ਹੈ ਜੀ। ਇਹਨਾਂ ਨੇ ਕਿਸੇ ਨੇ ਸਾਡੇ ਬਾਰੇ ਕੁਛ ਨਹੀਂ ਕੁਛ, ਕਿਉਂਕਿ ਚਰਨਜੀਤ ਚੰਨੀ ਇੱਕ ਨਾਰਾ ਦਿੰਦੇ ਨੇ ਘਰ ਘਰ ਦੇ ਵਿੱਚ, ਚੱਲੇ ਗੱਲ ਚੰਨੀ ਕਰੇ ਮਸਲੇ ਹੱਲ, ਤੁਸੀਂ ਕਹਿੰਦੇ ਹੋ ਹੋਇਆ ਕੁਛ ਨਹੀਂ, ਇੱਕ ਵਿਧਾਇਕ ਦੇ ਤੋਂ ਕੁਛ ਨਹੀਂ ਕਰਿਆ ਯਾਰ। ਸਾਡੇ ਖੁਦ 15 ਸਾਲ ਹੋ ਗਏ ਚੰਨੀ ਨੂੰ, ਕਿਆ ਨਾਲੀਆਂ ਗਲੀਆਂ ਇੱਥੇ ਹੀ ਬੈਠੇ ਹੈ, ਹੋਰ ਕੋਈ ਕਰਿਆ? ਕੋਈ ਸਕੂਲ ਦਾ, ਕੋਈ ਗਰਾਊਂਡ, ਕੋਈ ਦਿੱਤਾ ਸਾਡੇ ਹਾਲ, ਕੋਈ ਹੋਸਪਿਟਲ ਦਿੱਤਾ, ਕੋਈ ਇਲਾਜ ਇਹਨਾਂ ਦਾ ਹੋਇਆ ਯਾਰ? ਇਹ ਦੱਸਿਆ ਕਢਾ ਕੇ ਪਰਚੀਆਂ ਯਾਰ ਆਪਣੇ ਵੀ ਅਸੀਂ ਇਲਾਜ ਕਰਾਇਆ, ਇੱਥੇ ਕਰਾਇਆ ਹੈ, ਕੋਈ ਹੋਸਪਿਟਲ ਨਹੀਂ ਹੈ ਸਾਨੂੰ, ਮਤਲਬ ਗਲੀਆਂ ਨਾਲੀਆਂ ਤੋਂ ਉੱਪਰ ਨਿਕਲਣਾ ਚਾਹੁੰਦੇ ਹੋ? ਹਾਂ ਹਾਂ ਜੀ ਹਾਂ। ਹੁਣ ਇਹ ਸਾਡੇ ਬਜ਼ੁਰਗ ਸੀ ਜਿਹੜੇ, ਇਹਨਾਂ ਦੇ ਮਗਰ ਫਿਰੀ ਜਾਂਦੇ ਤੇ ਪੰਥ ਵਾਲਿਆਂ ਦੇ, ਕਦੇ ਕਿਸੇ ਦੇ, ਅਸੀਂ ਕਿਸੇ ਦੇ ਮਗਰ ਨਹੀਂ ਜੀ। ਹਾਂ ਬਹੁਤ ਸ਼ੁਕਰੀਆ ਵੀਰੇ, ਬਹੁਤ ਧੰਨਵਾਦ। ਸੋ ਆਪਣਾ ਸਫ਼ਰ ਅੱਗੇ ਵਧਾਉਂਦੇ ਹਾਂ। ਵੱਡੇ ਇਲਜ਼ਾਮ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ 'ਤੇ ਲਗਾਏ ਨੇ ਕਿ ਗੱਲਾਂ ਬਹੁਤ ਹੋਈਆਂ ਨੇ, ਹੋਇਆ ਹੋਇਆ ਕੁਛ ਨਹੀਂ ਹੈਗਾ, ਕਿ ਆਖਰ ਬਣਦਾ ਕੌਣ ਆ ਵਿਧਾਇਕ, ਦੇਖਣ ਵਾਲੀ ਗੱਲ ਹੋਵੇਗੀ ਕਿ ਮੋਹਾਲੀ ਤੋਂ ਕੌਣ ਵਿਧਾਇਕ ਬਣਦਾ ਹੈ। ਇੱਕ ਹੋਰ ਸਰਦਾਰ ਜੀ ਸਾਨੂੰ ਦਿਖੇ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਆ ਜੀ? ਡਾਕਟਰ ਸੁਖਵਿੰਦਰ। ਡਾਕਟਰ ਸਾਹਿਬ, ਮੋਹਾਲੀ ਵਿਧਾਨ ਸਭਾ ਹਲਕੇ ਦੀ ਗੱਲ ਕਰੀਏ, ਇਲੈਕਸ਼ਨਾਂ ਬਹੁਤ ਨੇੜੇ ਨੇ, ਤਕਰੀਬਨ 14-15 ਦਿਨ ਦਾ ਸਮਾਂ ਹੈ, ਕੀ ਲੱਗਦਾ ਕਿ ਕਿਹੜੀ ਪਾਰਟੀ ਦਾ ਉਮੀਦਵਾਰ ਇਸ ਵਾਰ ਵਿਧਾਨ ਸਭਾ ਦੇ ਵਿੱਚ ਜਾ ਰਿਹਾ ਹੈ? ਇਹ ਸਰ ਬਰਾਬਰ ਸਾਰਿਆਂ ਦੀ ਲੜਾਈ ਹੈ। ਹਾਂ ਜੀ, ਅਤੇ ਮੁੱਦੇ ਕੀ ਨੇ ਮੋਹਾਲੀ ਦੇ, ਕਿ ਜੇਕਰ ਮੁੱਦਿਆਂ ਦੀ ਗੱਲ ਕਰੀਏ ਕਿ ਇਹ ਮੁੱਦੇ ਹੱਲ ਹੋਣੇ ਚਾਹੀਦੇ ਨੇ? ਜਿਹੜਾ ਵੀ ਵਿਧਾਇਕ ਆਵੇ, ਤੁਸੀਂ ਕਿਹਾ ਕਿ ਸਾਰੀਆਂ ਪਾਰਟੀਆਂ ਦਾ ਜ਼ੋਰ ਬਰਾਬਰ ਆ, ਚਾਹੇ ਕਿਸੇ ਪਾਰਟੀ ਦਾ ਹੋਵੇ, ਮੁੱਦੇ ਕੀ ਨੇ ਮੋਹਾਲੀ ਦੇ, ਡਿਮਾਂਡਸ ਕੀ ਨੇ ਮੋਹਾਲੀ ਦੀਆਂ? ਜਿਹੜਾ ਮੇਨ ਪ੍ਰੋਬਲਮ ਹੈਗੀ ਵਾਟਰ। ਅੱਛਾ ਜੀ, ਵਾਟਰ ਸਪਲਾਈ ਐਂਡ ਸੀਵਰੇਜ, ਇਹ ਜਿਹੜੀ ਮੇਨ ਜਿਹੜੀ ਡਿਮਾਂਡ ਹੈਗੀ। ਠੀਕ, ਅਤੇ ਤੁਸੀਂ ਡਾਕਟਰ ਹੈਗੇ ਹੋ, ਹੈਲਥ ਸਿਸਟਮ ਦੀ ਗੱਲ ਕਰੀਏ, ਚਾਹੇ ਪੰਜਾਬ ਦੇ ਹੋਵੇ, ਚਾਹੇ ਮੋਹਾਲੀ ਦਾ ਹੋਵੇ, ਹੋਸਪਿਟਲਸ ਹੋਵੇ, ਉਹਨਾਂ ਦਾ ਪ੍ਰਬੰਧ ਕਿਸ ਤਰ੍ਹਾਂ? ਉਹਨਾਂ ਦਾ ਪ੍ਰਬੰਧ ਜੇ ਪਿਛਲੇ ਸਮੇਂ ਤੋਂ ਆਪਾਂ ਦੇਖੀਏ ਤਾਂ ਬਹੁਤ ਹੀ ਮਾੜਾ ਸੀ। ਅੱਛਾ, ਜਦੋਂ ਕਿ ਸਾਡੇ ਆਪਣੇ ਮੋਹਾਲੀ ਦਾ ਜਿਹੜਾ ਹੈਲਥ ਮਿਨਿਸਟਰ ਹੈ, ਬਿਲਕੁਲ, ਤਾਂ ਹੀ ਇਹ ਸਵਾਲ ਆ ਕੇ ਆਪਣਾ ਇਲਾਜ ਜਿਹੜਾ ਉਹ ਜਾ ਕੇ ਫੋਟੋਸ 'ਚ ਕਰਾਉਂਦਾ, ਕਿਉਂਕਿ ਇੱਥੇ ਦੇ ਵਿਧਾਇਕ ਹੀ ਜਿਹੜੇ ਬਲਵੀਰ ਸਿੰਘ ਸਿੱਧੂ ਨੇ, ਉਹ ਹੈਲਥ ਮਿਨਿਸਟਰ ਨੇ, ਤਾਂ ਹੀ ਇਹ ਸਵਾਲ ਆ ਕੇ ਮੋਹਾਲੀ ਦੀਆਂ ਸਿਹਤ ਸਹੂਲਤਾਂ ਤੁਸੀਂ ਇੱਕ ਡਾਕਟਰ ਹੋਣ ਦੇ ਨਾਤੇ ਜ਼ਿਆਦਾ ਬਿਹਤਰ ਤਰੀਕੇ ਨਾਲ ਦੱਸ ਸਕਦੇ। ਬਿਲਕੁਲ, ਅਤੇ ਉਹ ਕਰੋਨਾ ਦੇ ਦੌਰਾਨ, ਬਾਕੀ ਦੀ ਗੱਲ ਚਲੋ, ਆਪਣਾ ਜਿਹੜਾ ਇਲਾਜ ਉਹਨੇ ਆ ਕੇ ਫੋਟੋ 'ਚ ਕਰਾਇਆ, ਅਤੇ ਜਦੋਂ ਜੈਨੀ ਜਿਹੜਾ ਹੈਲਥ ਮਿਨਿਸਟਰ ਹੈ, ਉਹਦੇ ਫਾਦਰ ਜਿਹੜੇ ਉਹ ਮੈਕਸ ਵਿੱਚ ਦਾਖਲ ਹੁੰਦੇ ਆ, ਅਤੇ ਉਹ ਹੈਲਥ ਸੇਵਾਵਾਂ ਵਾਸਤੇ ਜਿਹੜਾ ਲੈਕਚਰ ਦਿੰਦਾ 6 ਫੇਸ ਦੇ ਹੋਸਪਿਟਲ, ਇੱਕ ਦੀਵਾਰ ਦੇ ਵੱਖਵੇ ਤੋਂ ਇੱਧਰ, ਮਤਲਬ ਲੀਡਰ ਦਾਅਵੇ ਵੱਡੇ ਵੱਡੇ ਕਰ ਦਿੰਦੇ ਨੇ, ਅਤੇ ਪਰ ਆਪਣੇ ਇਲਾਜ ਤਾਂ ਮਹਿੰਗੇ ਹੋਸਪਿਟਲਾਂ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜੇ ਲੀਡਰਾਂ ਦੇ ਹੈਗੇ, ਇਹ ਭਰੋਸੇ ਦੇ ਸਮੋਸੇ ਨੇ। ਠੀਕ ਹੈ, ਜਿਹੜੇ ਹੁਣ ਤੱਕ ਲੋਕਾਂ ਨੂੰ ਦਿੰਦੇ ਨੇ, ਕਿਸੇ ਹੋਰ ਕਿਸੇ ਤੋਂ ਕੋਈ ਉਮੀਦ ਕਿ ਕੁਛ ਬਦਲਾਵ ਆ ਸਕਦਾ? ਨਹੀਂ ਨਹੀਂ, ਇੱਦਾਂ ਸਭ ਇੱਕੋ ਥਾਲੀ ਦੇ ਚੱਟੇ ਪੱਟੇ। ਬਹੁਤ ਧੰਨਵਾਦ ਡਾਕਟਰ ਸਾਹਿਬ, ਬਹੁਤ ਥੈਂਕ ਯੂ। ਸੋ ਆਪਣਾ ਸਫ਼ਰ ਅੱਗੇ ਵਧਾਉਂਦੇ ਹਾਂ, ਡਾਕਟਰ ਸਾਹਿਬ ਦੇ ਨਾਲ ਗੱਲਬਾਤ ਅਸੀਂ ਨੇ ਕੀਤੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਕੀ ਲੱਗਦਾ ਫਿਰ ਇੱਕਤੀ ਮੋਹਾਲੀ ਦੀ ਸਿਆਸੀ ਹਵਾ ਕਿੱਧਰ ਨੂੰ ਗਿਰ ਰਹੀ ਆ? ਮੋਹਾਲੀ ਦੀ ਸਿਆਸੀ ਹਵਾ ਤਾਂ ਜੀ ਜੋ ਦੇਖਣ 'ਚ ਆ ਰਿਹਾ ਤਾਂ ਝਾੜੂ ਵਾਲੇ ਦਾ ਝੁਕਾਓ ਜ਼ਿਆਦਾ ਜੀ। ਅੱਛਾ, ਹਾਂ, ਕਾਰਨ ਕੀ ਹੈ ਜੀ? ਕਾਰਨ ਕੀ ਹੈ ਸਰ, ਬਾਕੀ ਦੇਖੋ ਕਿੰਨੀਆਂ ਪਾਰਟੀਆਂ ਆ ਲਈਆਂ, ਕਿਸੇ ਨੇ ਕੁਛ ਨਹੀਂ ਕਰਿਆ, ਲੋਕ ਪਬਲਿਕ ਜਿਹੜੀ ਹੈ ਬਦਲਾ ਚਾਹੁੰਦੀ ਹੈ ਵੀ ਚੇਂਜ ਚਾਹੁੰਦੀ ਹੈ, ਚੇਂਜ ਕਰਕੇ ਦੇਖੀਏ ਵੀ ਕਿਆ ਆਪਣਾ ਉਹਦਾ ਕੀ ਮਜ਼ਾ ਆਉਂਦਾ, ਬਦਲਾਵ ਦੇਖਣਾ ਚਾਹੁੰਦੇ ਹੋ ਤਾਂ ਕਰਕੇ ਦੇਖਣਾ ਚਾਹੁੰਦੇ ਜੀ, ਬਸ ਹੋਰ ਕੁਛ ਨਹੀਂ। ਆਊਗਾ ਬਦਲਾਵ? ਬਦਲਾਵ ਤਾਂ ਲੱਗਦਾ ਤਾਂ ਇਹ ਜੀ ਵੀ ਡੈਫੀਨੇਟ ਆਏਗਾ, ਪੱਕਾ ਆਏਗਾ ਜੀ। ਬਹੁਤ ਸ਼ੁਕਰੀਆ, ਬਹੁਤ ਥੈਂਕ ਯੂ ਜੀ। ਸੋ ਗੱਲਬਾਤ ਦਾ ਸਿਲਸਿਲਾ ਅੱਗੇ ਵਧਾਉਂਦੇ ਹਾਂ, ਕਹਿਣ ਦੇ ਅਨੁਸਾਰ ਕਿ ਬਦਲਾਵ ਦੇਖਣਾ ਚਾਹੁੰਦੇ ਹਾਂ, ਹੋਰ ਨੇ ਬਾਈ ਜੀ ਸਾਡੇ ਨਾਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਕੀ ਲੱਗਦਾ ਫਿਰ ਇਸ ਵਾਰ ਮੋਹਾਲੀ ਦੀ ਸਿਆਸੀ ਹਵਾ ਕਿੱਧਰ ਨੂੰ ਜਾ ਰਹੀ ਆ? ਇਹ ਸਾਰਾ ਕਨਫਿਊਜ਼ਨ ਜਿਹਾ ਲੱਗਦਾ ਅੱਜ ਕੱਲ੍ਹ ਤਾਂ, ਜੋ ਮੈਂ ਮਹਿਸੂਸ ਕਰਦਾ, ਕੋਈ ਕਹਿ ਨਹੀਂ ਸਕਦੇ ਵੀ ਪਤਾ ਨਹੀਂ ਜਾਣੀ ਕੀ ਬਣਨਾ, ਕਿੱਧਰ ਦੇ ਜਾ ਰਹੀ ਹੈ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ। ਸੋ ਕਨਫਿਊਜ਼ ਲੱਗ ਰਹੇ ਨੇ ਬਾਈ ਜੀ ਦਾ ਕਹਿਣਾ ਕਿ ਕੁਛ ਨਹੀਂ ਕਿਹਾ ਜਾ ਸਕਦਾ ਕਿ ਆਖਰ ਪੰਜਾਬ ਦੀ ਸਿਆਸੀ ਹਵਾ ਜਿਹੜੀ ਆ ਕਿੱਧਰ ਨੂੰ ਜਾ ਰਹੀ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੂੰਹ ਤੋਂ ਉਤਾਰ ਲਈ ਆਪਾਂ, ਇੱਕ ਮਿੰਟ ਗੱਲ ਕਰ ਲਈਏ ਜੀ, ਅਤੇ ਕੀ ਲੱਗਦਾ ਜੀ ਫਿਰ ਇਸ ਵਾਰ ਪੰਜਾਬ ਦੀ ਸਿਆਸੀ ਹਵਾ ਜਾਂ ਮੋਹਾਲੀ ਸ਼ਹਿਰ ਦੀ ਸਿਆਸੀ ਹਵਾ ਕਿਹੜੇ ਉਮੀਦਵਾਰ ਨੂੰ ਵਧਾਇਕ ਦੇ ਰੂਪ ਦੇ ਵਿੱਚ? ਪੰਜਾਬ ਦੇ ਵਿੱਚ ਤਾਂ ਆਪ ਦਾ ਹੀ ਜ਼ੋਰ ਹੈ ਜੀ, ਸਾਰੇ ਪਾਸੇ ਲੋਕਾਂ ਨੇ ਮੂਡ ਬਣਾ ਲਿਆ ਵੀ ਐਤਕੀ ਚੇਂਜ ਚਾਹੁੰਦੇ ਆ ਸਾਰੇ।
ਤੇ ਮੋਹਾਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਹੀ ਜ਼ੋਰ ਹੈ। ਕਾਰਨ ਕੀ ਹੈ ਜੀ? ਕਾਰਨ ਕੁਛ ਲੋਕਾਂ ਦਾ ਮੂਡ ਇਹੋ ਜਿਹਾ ਬਣ ਗਿਆ ਵੀ ਮਤਲਬ ਚੇਂਜ ਚਾਹੁੰਦੇ ਆ ਉਹ, ਮਤਲਬ ਕਿ ਬਿਲਕੁਲ ਜਿਹੜੇ ਪੁਰਾਣੇ ਰਵਾਇਤੀ ਪਾਰਟੀਆਂ ਉਹਨਾਂ ਤੋਂ ਚੇਂਜ ਚਾਹੁੰਦੇ, ਬਸ ਮੇਨ ਇਹ ਹੈ ਵੀ ਇੱਕ ਵਾਰੀ ਨਵੇਂ ਨੂੰ ਮੌਕਾ ਦੇਈਏ। ਹਾਂਜੀ ਹਾਂਜੀ ਜੀ, ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ। ਸੋ ਬਦਲਾਵ ਦੇ ਰੂਪ ਦੇ ਵਿੱਚ ਦੇਖਣਾ ਚਾਹੁੰਦੇ ਨੇ ਕਿ ਇੱਕ ਵਾਰੀ ਬਦਲਾਵ ਕਰਨਾ ਚਾਹੁੰਦੇ ਹਾਂ, ਗੱਲਬਾਤ ਹੋਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਲੱਗਦਾ ਫਿਰ ਇਸ ਵਾਰੀ ਮੋਹਾਲੀ ਵਿਧਾਨ ਸਭਾ ਹਲਕਾ? ਆਪ ਨੇ ਹੀ ਆਉਣਾ ਜੀ, ਆਪ ਨੇ ਆਉਣਾ। ਕਾਰਨ ਕੀ ਹੈ ਜੀ? ਕਾਰਨ ਇਹ ਹੈ ਕਿ ਸਾਰੀਆਂ ਪਾਰਟੀਆਂ ਦੇਖ ਲਈਆਂ, ਨਵੀਂ ਪਾਰਟੀ ਨੂੰ ਵੀ ਮਿਲਣਾ ਚਾਹੀਦਾ। ਉਮੀਦ ਹੈ ਕੋਈ ਨਵੀਂ ਪਾਰਟੀ? ਪੂਰੀ ਹੈ ਜੀ, ਪੂਰੀ ਹੈ, ਕੇਜਰੀਵਾਲ ਆਊਗਾ। ਚੰਡੀਗੜ੍ਹ ਵੀ ਆਈ ਗਿਆ, ਆਉਂਦੇ ਆਉਂਦੇ ਰਹਿ ਗਿਆ, ਚੰਡੀਗੜ੍ਹ ਤਾਂ ਹੇਰਾਫੇਰੀ ਕਰਕੇ ਮੇਅਰ ਬਣਾ ਦਿੱਤੀ ਉਹਨੂੰ, ਨਹੀਂ ਤਾਂ ਆਪ ਨੇ ਹੀ ਆਉਣਾ ਸੀਗਾ ਚੰਡੀਗੜ੍ਹ ਵੀ। ਤੇ ਮੁੱਦੇ ਕੀ ਹੋਣਗੇ? ਹੇਰਾਫੇਰੀ ਹੋਈ ਹੈ, ਬੀਜੇਪੀ ਨੇ ਹੇਰਾਫੇਰੀ ਕਰੀ, ਹੇਰਾਫੇਰੀ ਕਰੀ ਹੈ, ਬਿਲਕੁਲ ਹੇਰਾਫੇਰੀ ਕਰੀ ਹੈ। ਬੀਜੇਪੀ ਦੀ ਉੱਥੇ ਬਣ ਗਈ ਹੈ ਮੇਅਰ, ਜ਼ਬਰਦਸਤੀ ਬਣਾਈ ਉੱਥੇ। ਹਾਂ ਬਿਲਕੁਲ। ਤੇ ਮੁੱਦੇ ਕੀ ਹੋਣਗੇ ਮੋਹਾਲੀ ਦੇ ਜੇਕਰ ਗੱਲ ਕਰੀਏ, ਜਿਹੜਾ ਵੀ ਵਿਧਾਇਕ ਆਵੇ? ਸਾਰੇ ਕੰਮ ਕਰੂਗਾ ਜੀ ਕੇਜਰੀਵਾਲ। ਕੇਜਰੀਵਾਲ ਬਿਲਕੁਲ ਬਹੁਤ ਵਧੀਆ ਬੰਦਾ, ਕੇਜਰੀਵਾਲ ਹੀ ਆਉਣਾ ਚਾਹੀਦਾ ਜੀ। ਬਹੁਤ ਸ਼ੁਕਰੀਆ ਜੀ। ਸੋ ਅੱਗੇ ਗੱਲਬਾਤ ਆਪਣਾ ਸਿਲਸਿਲਾ ਵਧਾਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਉਹੀ ਸਵਾਲ ਆ ਕੇ ਸਿਆਸਤ ਦਾ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਗਰਮ ਹੋਇਆ ਹੋਇਆ, ਹਰ ਪਾਰਟੀ ਦਾਅਵੇ ਕਰ ਰਹੀ ਆ, ਮੋਹਾਲੀ ਦੀ ਗੱਲ ਕਰੀਏ, ਕੀ ਲੱਗਦਾ ਕਿੱਧਰ ਨੂੰ ਗਿਰੂਗੀ ਹਵਾ? ਹਵਾ ਤਾਂ ਮੋਹਾਲੀ ਦੀ ਕਿ ਸਾਰੇ ਪੰਜਾਬ ਦੀ, ਉਹ ਹਵਾ ਤਾਂ ਝਾੜੂ ਬੱਲੇ ਬਈ ਆਮ ਆਦਮੀ ਦੀ ਹੈ। ਕਾਰਨ ਕੀ ਹੈ ਜੀ? ਕਾਰਨ ਇਹ ਹੈ, ਹੁਣ ਲੋਕ ਕਹੀ ਜਾਂਦੇ ਨੇ ਵੀ ਪਹਿਲਾਂ ਇਹ ਵੀ ਚੋਰ ਨੇ, ਇਹ ਵੀ ਚੋਰ ਨੇ, ਅਸੀਂ ਹੁਣ ਨਵਾਂ ਚੋਰ ਦੇਖ ਲਈਏ, ਜਦ ਚੋਰ ਤਾਂ ਸਾਰੇ ਹੀ ਨੇ, ਆਪਾਂ ਨਵਾਂ ਦੇਖੀਏ। ਉਹਨਾਂ ਨੂੰ ਭਾਈ ਚੋਰ ਕਹਿ ਰਹੇ ਹੋ, ਨਾਲੇ ਕਹਿ ਰਹੇ ਹੋ ਨਵਾਂ ਦੇਖ ਲਈਏ। ਨਹੀਂ, ਇਹਨਾਂ ਨੂੰ ਵੀ ਕਹਿ ਰਹੇ ਨੇ ਵੀ ਕੇਜਰੀਵਾਲ ਚੋਰ ਹੈ ਜੀ, ਪਹਿਲੇ ਵੀ ਚੋਰ ਨੇ ਜੀ। ਜਦੋਂ ਆਪਾਂ ਚੋਰਾਂ ਦੀ ਸਰਕਾਰ ਦੇਖਣੀ ਹੈ, ਆਪਾਂ ਨਵੀਂ ਸਰਕਾਰ ਦੇਖ ਰਹੇ ਹਾਂ, ਨਵਾਂ ਚੋਰ ਤਾਂ ਦੇਖੀਏ ਨਾ ਨਵਾਂ ਬਦਲਾ। ਹਰੀ ਪੱਗ ਬੰਨ ਕੇ ਲੱਗਦਾ ਕਿ ਕਿਸਾਨੀ ਸੰਘਰਸ਼ ਦੇ ਨਾਲ ਕਿਤੇ ਨਾ ਕਿਤੇ ਜੁੜੇ ਹੋਊਂਗੇ ਜਾਂ ਕਿਸਾਨ ਨੇਤਾਵਾਂ ਦੇ ਨਾਲ ਜੁੜੇ ਹੋਊਂਗੇ, ਕਿਉਂਕਿ ਫਿਰ ਕਿਸਾਨ ਜਥੇਬੰਦੀਆਂ ਵੀ ਇਲੈਕਸ਼ਨ ਲੜ ਰਹੀਆਂ ਨੇ, ਚੁਕਾਓ ਉੱਧਰ ਨੂੰ ਕਿਵੇਂ? ਉੱਧਰ ਨੂੰ ਇਹ ਹੈ ਨਾ, ਮੈਂ ਸਹਿਮਤ ਨਹੀਂ ਸੀਗਾ ਇਹ ਗੱਲ ਦੇ ਨਾਲ। ਰਾਜਨੀਤੀ ਦੇ ਵਿੱਚ ਆਉਣਾ, ਰਾਜਨੀਤੀ 'ਚ ਦੇਖੋ ਆਉਣਾ ਸੀਗਾ ਤਾਂ ਕਿਸੇ ਪਹਿਲਾਂ ਜਾਂ ਉਹ ਹੁੰਦੇ ਰਾਜੇ ਵਾਲ ਨੇ, ਤਾਂ ਹੁਣ ਆਪਦੀ ਵੀ ਉਹ ਕਰ ਲਈ, ਉਹਨਾਂ ਦਾ ਵਧੀਆ ਇੱਜ਼ਤ ਬਣੀ ਵੀ ਸੀਗੀ ਜੀ, ਵੋਟਾਂ ਦੇ ਵਿੱਚ ਖੜਾ ਹੋ ਕੇ ਉਹਨਾਂ ਨੇ ਰਾਜਨੀਤੀ 'ਚ ਆ ਕੇ ਆਪਦੀ ਗਲਤ ਕੀਤਾ। ਉਹ ਵੋਟਾਂ ਤੋੜਨੀਆਂ ਚਾਹੁੰਦੇ ਨੇ ਜਾਂ ਤਾਂ ਆਮ ਆਦਮੀ ਦੀਆਂ। ਆਮ ਆਦਮੀ ਦੀਆਂ ਕਿਉਂ ਜੀ? ਕਿਉਂਕਿ ਵੋਟਾਂ ਤਾਂ ਸਾਰੀਆਂ ਪਾਰਟੀਆਂ ਨੂੰ ਪੈਣੀਆਂ ਨੇ, ਹੋ ਸਕਦਾ ਕਿ ਹੋਰ ਪਾਰਟੀ ਤੇ ਵੀ ਇਹਨਾਂ 'ਤੇ ਥੋੜ੍ਹਾ ਜਿਹਾ ਜ਼ਿਆਦਾ ਅਸਰ ਪਊਗਾ, ਪ੍ਰਭਾਵ ਪਊਗਾ ਜੀ। ਹਾਂ, ਪਰ ਲੋਕ ਹੁਣ ਆਮ ਆਦਮੀ ਝਾੜੂ ਨੂੰ ਪਾਉਣਗੇ ਵੋਟ ਬਈ ਜੀ। ਹਾਂ, ਬਹੁਤ ਸ਼ੁਕਰੀਆ ਜੀ। ਹੋਰ ਨੌਜਵਾਨ ਸੱਜਣ ਸਾਡੇ ਨਾਲ ਨੇ, ਕੋਈ ਗੱਲ ਨਹੀਂ, ਆਪਾਂ ਭਤੀਜੇ ਦੀ ਤਾਂ ਕਰ ਲਈਏ ਪਹਿਲਾਂ। ਸੋ ਕੋਈ ਗੱਲ ਨਹੀਂ, ਚੋਰ ਕਹਿਣਾ ਸਾਨੂੰ ਚੰਗਾ ਲੱਗੂਗਾ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਅੱਗੇ ਵਧਾਉਂਦੇ ਹਾਂ ਕਿ ਆਖਰ ਕੀ ਕਹਿੰਦੀ ਆ ਮੋਹਾਲੀ ਦੀ ਜਨਤਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਕੀ ਲੱਗਦਾ ਜੀ ਫਿਰ ਇਸ ਵਾਰੀ ਮੋਹਾਲੀ ਵਿਧਾਨ ਸਭਾ ਤੋਂ? ਸਾਨੂੰ ਨਹੀਂ ਪਤਾ ਜੀ। ਜੀ ਕੋਈ ਗੱਲ ਨਹੀਂ। ਸੋ ਅੱਗੇ ਵਧਾਉਂਦੇ ਹਾਂ ਸਫ਼ਰ ਕਿ ਆਖਰ ਕੀ ਲੱਗਦਾ ਹੈ ਕੌਣ ਮੋਹਾਲੀ ਤੋਂ ਜਿਹੜਾ ਵਿਧਾਇਕ ਬਣ ਸਕਦਾ ਹੈ। ਹੋਰ ਬਜ਼ੁਰਗ ਨੇ, ਸਤਿ ਸ਼੍ਰੀ ਅਕਾਲ ਬਾਪੂ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਕੀ ਲੱਗਦਾ ਜੀ ਫਿਰ ਇਸ ਵਾਰੀ ਵਿਧਾਨ ਸਭਾ ਮੋਹਾਲੀ ਤੋਂ ਕਿਹੜਾ ਜਾ ਰਿਹਾ ਵਿਧਾਨ ਸਭਾ 'ਚ? ਬਾਕੀ ਇਹ ਤਾਂ ਹੁਣ ਐਗਜੈਕਟਲੀ ਕੋਈ ਪਤਾ ਨਹੀਂ, ਚਾਂਸ ਜ਼ਿਆਦਾ ਝਾੜੂ ਦੇ ਲੱਗਦੇ ਨੇ। ਕਾਰਨ ਕੀ ਹੈ ਜੀ ਚਾਂਸ ਜ਼ਿਆਦਾ? ਤੁਸੀਂ ਕਹਿ ਗਏ ਚਾਂਸ ਜ਼ਿਆਦਾ, ਉਹਨਾਂ ਨੂੰ ਚਾਂਸ ਨਹੀਂ ਮਿਲਿਆ, ਇਹਨਾਂ ਨੂੰ ਮਿਲ ਗਿਆ, ਮੌਕਾ ਦੇਣਾ ਚਾਹੁੰਦੇ? ਹਾਂ, ਮੌਕਾ ਜੀ। ਬਹੁਤ ਧੰਨਵਾਦ ਜੀ। ਸੋ ਦੋਸਤੋ, ਮੋਹਾਲੀ ਹਲਕੇ ਦੀ ਸਬਜ਼ੀ ਮੰਡੀ ਦੇ ਵਿੱਚ ਇੱਕ ਦੇ ਵਿੱਚ ਅਸੀਂ ਪਹੁੰਚੇ, ਜਿੱਥੇ ਮੋਹਾਲੀ ਦੇ ਵੋਟਰਾਂ ਦੇ ਨਾਲ, ਵੱਖ ਵੱਖ ਪਾਰਟੀਆਂ ਦੇ ਸਪੋਰਟਰਾਂ ਦੇ ਨਾਲ ਗੱਲਬਾਤ ਕੀਤੀ। ਤੁਸੀਂ ਨੇ ਵਿਚਾਰ ਸੁਣੇ ਕਿ ਮੁਕਾਬਲਾ, ਕਈਆਂ ਦਾ ਕਹਿਣਾ ਕਿ ਮੁਕਾਬਲਾ ਸਖਤ ਆ, ਕੁਛ ਵੀ ਹੋ ਸਕਦਾ ਪੰਜਾਬ ਦੀ ਸੱਤਾ ਦੇ ਵਿੱਚ, ਕੋਈ ਵੀ ਇੱਥੇ ਤੋਂ ਜਿੱਤ ਕੇ ਵਿਧਾਇਕ ਬਣ ਸਕਦਾ, ਕੁਝ ਕਾਂਗਰਸ ਦੇ ਸਪੋਰਟਰ ਵੀ ਮਿਲੇ, ਕੁਝ ਹੋਰ ਸਿਆਸੀ ਪਾਰਟੀਆਂ ਦੇ ਸਪੋਰਟਰ ਵੀ ਸਾਨੂੰ ਮਿਲੇ ਕਿ ਹਾਂ ਇਸ ਪਾਰਟੀ ਦਾ ਇਹ ਉਮੀਦਵਾਰ ਇਸ ਵਜ੍ਹਾ ਦੇ ਨਾਲ ਜਿਹੜਾ ਜਿੱਤ ਕੇ ਵਿਧਾਨ ਸਭਾ ਜਾਊਗਾ। ਹੁਣ ਵਿਧਾਨ ਸਭਾ ਮੋਹਾਲੀ ਹਲਕੇ ਤੋਂ ਜਾਂ ਪੰਜਾਬ ਦੀ ਸਿਆਸਤ ਦੇ ਵਿੱਚ ਕਿਹੜੇ ਹਰ ਹਲਕੇ ਤੋਂ ਕਿਹੜਾ ਕਿਹੜਾ ਵਿਧਾਇਕ ਜਿੱਤ ਕੇ ਬਣਦਾ, ਇਹ ਤਾਂ 10 ਮਾਰਚ ਨੂੰ ਹੀ ਪਤਾ ਲੱਗੇਗਾ। ਇੰਤਜ਼ਾਰ 10 ਮਾਰਚ ਦਾ ਰਹੇਗਾ ਕਿ ਕੌਣ ਜਿੱਤ ਕੇ ਮੋਹਾਲੀ ਤੋਂ ਜਾਂ ਹੋਰ ਹਲਕਿਆਂ ਤੋਂ ਵਿਧਾਇਕ ਬਣਦਾ, ਅਤੇ ਪੰਜਾਬ ਦੀ ਸੱਤਾ ਦਾ ਤਾਜ ਕਿਹੜੀ ਪਾਰਟੀ ਦੇ ਸਿਰ ਦੇ ਉੱਪਰ ਸਜਾਇਆ ਜਾਂਦਾ। ਪੰਜਾਬੀ ਲੋਕ ਚੈਨਲ ਦੇਖਦੇ ਰਹੋ, ਮੈਨੂੰ ਇਜਾਜ਼ਤ ਦਿਓ, ਬਹੁਤ ਬਹੁਤ ਧੰਨਵਾਦ।